ਬਿਲਕੁਲ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਵੈਸਟ ਦੀਆਂ, ਆਮ ਆਦਮੀ ਪਾਰਟੀ ਤੋਂ ਜਿਹੜੇ ਕੈਂਡੀਡੇਟ ਨੇ, ਗੱਲਬਾਤ ਕਰ ਲੈਂਦੇ ਹਾਂ। ਕਿੰਨੀ ਐਕਸਾਈਟਮੈਂਟ ਹੈਗੀ ਹੈ ਤੁਹਾਨੂੰ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ? ਅੱਜ ਲੋਕਤੰਤਰ ਦਾ ਪਰਵ ਹੈ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲੇ ਕਿ ਸਾਰੇ ਜਲੰਧਰ ਵੈਸਟ ਦੇ ਵੋਟਰ ਵੋਟ ਪਾਉਣ ਜ਼ਰੂਰ ਜਾਣ, ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਬਹੁਤ ਵੱਡਾ ਇੱਕ ਜੋ ਅਧਿਕਾਰ ਦਿੱਤਾ ਹੈ ਵੋਟ ਦਾ, ਸਾਨੂੰ ਉਸਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਔਰ ਮੈਂ ਦੇਖ ਰਿਹਾ ਹਾਂ ਅੱਜ ਜਲੰਧਰ ਵੈਸਟ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜਨਤਾ ਦੇ ਵਿੱਚ, ਵੋਟਰ ਵਿੱਚ, ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ, ਔਰ ਜਨਤਾ ਜੋ ਉਹਨਾਂ ਦੀ ਬਹੁਤ ਫੈਨ ਹੈ, ਜਨਤਾ ਜੋ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ। ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ, ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ ਔਰ ਅੱਜ ਜੋ ਵੋਟ ਪੈਣ ਜਾ ਰਹੇ ਹਨ, ਔਰ ਮੈਂ ਸਭ ਨੂੰ ਕਹਾਂਗਾ ਕਿ ਵੋਟ ਜ਼ਰੂਰ ਪਾਏ ਜਾਣ। ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ। ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ, MLA ਹੋਏਗਾ, ਤਾਂ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ 'ਤੇ ਹੋਣਗੇ। ਇਸ ਕਰਕੇ ਔਰ ਲੋਕ ਵੀ, ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਅਸੀਂ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤਾਂ ਸਾਡੇ ਕੰਮ ਕਰਾਉਣ 'ਚ ਆਸਾਨੀ ਹੋਏਗੀ ਔਰ ਬਹੁਤ ਜ਼ਿਆਦਾ ਕੰਮ ਹੋਣਗੇ, ਕੋਈ ਰੁਕਾਵਟ ਨਹੀਂ ਆਏਗੀ, ਚਾਹੇ ਹੋਰ ਸਰਕਾਰੀ ਕੰਮ, ਚਾਹੇ ਕੋਈ ਰਾਸ਼ਨ ਕਾਰਡ ਹੈ, ਪੈਨਸ਼ਨ ਹੈ, ਕੋਈ ਭਲਾਈ ਦੀਆਂ ਸਕੀਮਾਂ ਹਨ, ਸਾਰੀਆਂ ਉਹਨਾਂ ਨੂੰ ਕਰਾਉਣ 'ਚ ਆਸਾਨੀ ਹੋਏਗੀ। ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਲੰਧਰ ਵੈਸਟ ਜਨਤਾ ਦਾ, ਜਿਨ੍ਹਾਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ। ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ। ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਪਾਰਟੀ ਦਾ ਭਰੋਸਾ ਲੋਕਾਂ ਵੱਲੋਂ ਜਿਤਾਇਆ ਜਾਊਗਾ, ਕਿਉਂਕਿ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦਾ ਜਿਤਾਇਆ ਗਿਆ ਲੇਕਿਨ ਜੋ ਵਿਧਾਇਕ ਸੀਗੇ ਉਹਨਾਂ ਵੱਲੋਂ ਪਾਰਟੀ ਬਦਲ ਲਈ ਗਈ? ਦੇਖੋ, ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜਲੰਧਰ ਵੈਸਟ ਦੀ ਜਨਤਾ ਜੋ ਹੈ, ਜਲੰਧਰ ਵੈਸਟ ਦੀ ਜਨਤਾ ਬਹੁਤ ਉਤਸ਼ਾਹ ਦੇ ਨਾਲ ਅੱਜ ਦਾ ਦਿਨ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ, ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ, ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਇਸ ਕਰਕੇ ਉਹਨੇ ਅਸਤੀਫਾ ਦੇ ਦਿੱਤਾ। ਸੋ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ। ਸੋ ਹੋਰ ਜੋ ਮੈਨੂੰ ਜੋ ਜਾਪਦਾ ਹੈ ਜੋ ਭਾਈ ਸਾਹਿਬ ਕਿ ਨਜ਼ਰ ਆ ਰਿਹਾ ਹੈ ਕਿ ਜੋ ਦੋਨੇ ਪਾਰਟੀਆਂ, ਚਾਹੇ ਕਾਂਗਰਸ ਹੈ ਚਾਹੇ BJP ਹੈ, ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਹਾਸਲ ਕਰਨ ਜਾ ਰਹੀ ਹੈ। ਦੇਖੋ, ਇਹ ਜੋ ਪੈਰੋਗੇਟਿਵ ਹੈਗਾ ਮੁੱਖ ਮੰਤਰੀ ਦਾ ਹੈ, ਉਹਨਾਂ ਦੇ ਹੱਥ ਵਿੱਚ ਹੈਗਾ ਕਿਹਨਾਂ ਨੂੰ ਮਿਨਿਸਟਰ ਬਣਾਉਣਾ ਉਹਨਾਂ ਨੇ। ਮੇਰਾ ਕੰਮ ਹੈ ਐਜ਼ ਏ ਵਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ 'ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ। ਪਾਰਟੀਆਂ ਬਦਲਣ ਵਾਲਿਆਂ ਤੋਂ ਬਹੁਤ ਨਾਰਾਜ਼ ਨੇ, ਕਹਿੰਦੇ ਵਾਰ-ਵਾਰ ਇਲੈਕਸ਼ਨ ਹੋ ਜਾਂਦੀ ਹੈ। ਦੇਖੋ, ਇਲੈਕਸ਼ਨ ਵਾਰ-ਵਾਰ ਆ ਜਾਂਦੀ, ਕਦੀ ਲੋਕ ਸਭਾ ਦੀ, ਕਦੀ ਵਿਧਾਨ ਸਭਾ ਦੀ, ਕਦੀ ਕੋਈ ਆ ਜਾਂਦੀ ਹੈ। ਕਿੰਨੀਆਂ ਕੁ ਵੋਟਾਂ ਪਾਈਆਂ ਹੁਣ ਤਾਂ ਉਂਗਲਾਂ ਵੀ ਭਰ ਗਈਆਂ। ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ 'ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤਾਂ ਹੈਗਾ, ਠੀਕ ਹੈ, ਪਰ ਇਹ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡੀਬਿਲਟੀ ਹੈ। ਐਵਰੀਬਾਡੀ ਹੈਵ ਏ ਓਨ ਪਰਸਨੈਲਿਟੀ ਐਂਡ ਕ੍ਰੈਡੀਬਿਲਟੀ, ਉਹ ਬਹੁਤ ਅਹਿਮ ਰੱਖਦੀ ਹੈ। ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕ, ਜਨਤਾ ਜਿਹੜੀ ਹੈਗੀ ਹੈ, ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ, ਉਹਦੇ ਨਾਲ ਸਾਡੇ ਬਿਹੇਵੀਅਰ ਨੂੰ, ਅਸੀਂ ਉਹਦੇ ਨਾਲ ਕੈਸਾ ਵਿਚਰੇ ਹਾਂ, ਉਹਨੂੰ ਵੇਖਦੇ ਹੋਏ ਲੋਕ ਜਿਹੜੇ ਨੇ ਬਹੁਤ ਭਾਰੀ ਉਤਸ਼ਾਹ ਨਾਲ ਵੋਟਾਂ ਸਾਨੂੰ ਪਾ ਰਹੇ ਨੇ। ਸੋ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀ, ਇਸ ਤੋਂ ਲੋਕ ਬਹੁਤ ਪਰੇਸ਼ਾਨ।
ਦੇਖੋ ਜਿਹੜਾ ਹੈਗਾ ਜਲੰਧਰ ਵੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਹੀ ਵੈਸੇ ਸੀਵਰੇਜ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਹੈ। ਇਸ ਕਰਕੇ ਹੁਣ ਜਨਤਾ ਚਾਹੁੰਦੀ ਹੈ ਕਿ ਐਸਾ ਵਿਧਾਇਕ ਚੁਣੀਏ, ਐਮਐਲਏ ਚੁਣੀ ਜਿਹੜਾ ਸਾਡੇ ਕੰਮ ਕਰਾ ਸਕੇ। ਸੋ ਮੈਂ ਜਨਤਾ ਨੂੰ ਭਰੋਸਾ ਦਵਾਉਂਦਾ ਹਾਂ ਕਿ ਮੈਂ ਪਹਿਲ ਦੇ ਆਧਾਰ 'ਤੇ ਜੋ ਲੋਕਾਂ ਦੀਆਂ ਜਨਤਾ ਦੀਆਂ ਮੁੱਢਲੀਆਂ ਲੋੜਾਂ ਹੈਗੀਆਂ ਉਹ ਪਹਿਲ ਦੇ ਆਧਾਰ 'ਤੇ ਪੂਰੀਆਂ ਕਰਾਂਗਾ, ਔਰ ਇਲਾਕੇ ਦੇ ਵਿੱਚ ਜੋ ਹੈ ਅੱਛਾਈ ਹੋਵੇ, ਅੱਛਾ ਮਾਹੌਲ ਹੋਵੇ, ਭਾਈਚਾਰਾ ਹੋਵੇ, ਇੱਥੇ ਕੋਈ ਗੁੰਡਾਗਰਦੀ ਨਾ ਹੋਵੇ। ਜੋ ਇਸ ਸਮੇਂ ਮੁੱਖ ਮੁੱਦਾ ਹੈ ਉਹ ਹੈ ਇਸ ਇਲਾਕੇ ਦੇ ਵਿੱਚ ਬਦਮਾਸ਼ੀ ਔਰ ਨਸ਼ਾ। ਸੋ ਉਹਨੂੰ ਪਹਿਲ ਦੇ ਆਧਾਰ 'ਤੇ ਖਤਮ ਕੀਤਾ ਜਾਏਗਾ। ਪਰਮਾਤਮਾ ਸਾਨੂੰ ਸਭ ਨੂੰ ਤੰਦਰੁਸਤੀ ਦੇਵੇ, ਲੰਬੀ ਉਮਰ ਦੇਵੇ। ਸੋ ਮੈਂ ਪਹਿਲ ਦੇ ਆਧਾਰ 'ਤੇ ਇਸ ਇਲਾਕੇ ਦੇ ਵਿੱਚੋਂ ਬੁਰਾਈ ਖਤਮ ਕਰਾਂਗੇ, ਬਦਮਾਸ਼ੀ ਖਤਮ ਕਰਾਂਗੇ, ਗੁੰਡਾ ਰਾਜ ਖਤਮ ਕਰਾਂਗੇ ਔਰ ਨਸ਼ਾ ਖਤਮ ਕਰਾਂਗੇ। ਸ਼ੀਤਲ ਜੀ, ਬਹੁਤ ਜੋ ਕਿ ਹੈ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਤੁਹਾਡੇ 'ਤੇ ਕਿ ਇਲੈਕਸ਼ਨ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਆ ਵੋਟਰਸ ਨੂੰ ਭਰਮਾਉਣ ਲਈ ਜੋ ਕਿ ਆ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਤਾਂ ਨਜ਼ਰ ਆਉਂਦਾ ਹੈਗਾ ਔਰ ਮੈਨੂੰ ਪਤਾ ਵੀ ਲੱਗਾ ਹੈਗਾ ਕਿ ਇਹਨਾਂ ਲੋਕਾਂ ਨੇ ਆਪਣੀ ਹਾਰ ਨੂੰ ਦੇਖਦੇ ਹੋਏ, ਹਾਰ ਸਾਹਮਣੇ ਨਜ਼ਰ ਆਉਂਦੀ ਪਈ ਸੀ, ਇਹਨਾਂ ਖੁਦ ਹੀ ਡਰਾਮਾ ਕਰਕੇ ਆਪਣੇ ਸਮਾਨ ਦਾ ਦਿਖਾਵਾ ਕਰਕੇ ਅਤੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਨਾ ਸਮਾਨ ਮੰਨਦੀ ਹੈ ਨਾ 'ਚ ਭਰੋਸਾ ਕਰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕੰਮ 'ਚ ਵਿਸ਼ਵਾਸ ਕਰਦੀ ਹੈ। ਇਹਨਾਂ ਨੇ ਆਪਣੀ ਹਾਰ ਨੂੰ ਦੇਖਦੇ ਹੋਏ ਕੇਵਲ ਤਾਂ ਕੇਵਲ ਜੋ ਹੈ, ਮੈਨੂੰ ਬੜਾ ਦੁੱਖ ਹੋਇਆ ਕਿ ਇੱਕ ਚੰਨੀ ਲੋਕ ਸਭਾ ਦਾ ਮੈਂਬਰ ਹੁੰਦਿਆਂ ਇਲੈਕਸ਼ਨ 'ਚ ਲੋਕਾਂ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਅਤੇ ਉਹ ਸੂਟ ਫੜ ਫੜ ਕੇ ਦਿਖਾਉਣ ਡਿਆ ਹੈਗਾ, ਇਹਦਾ ਮਤਲਬ ਇਹਨਾਂ ਦਾ ਕੰਮ ਹੋ ਗਿਆ। ਲੋਕ ਸਭਾ ਇੰਚਾਰਜ ਹੋਏ, ਹੁਣ ਦੇਖੋ ਮੈਂ ਵੀ ਇੱਕ ਕੈਂਡੀਡੇਟ ਹੈਗਾ, ਮੇਰੇ ਕੋਲ ਤਾਂ ਕੋਈ ਟਾਈਮ ਨਹੀਂ ਹੈਗਾ ਕਿ ਮੈਂ ਕਿਹਦੀ ਸ਼ਰਾਬ ਪਕੜੀ ਹੋਏ ਜਾਂ ਕਿਆ ਹੋਏ, ਇਹ ਸਭ ਡਰਾਮਾ ਹੈਗਾ। ਨਾਰਾਜ਼ ਹੋਏ, ਕਹਿੰਦੇ ਕਿ ਬੀਬੀਆਂ ਨੂੰ ਤਾਂ ਸੂਟ ਦੇਤੇ, ਬੰਦਿਆਂ ਨੂੰ ਕੋਈ ਨਹੀਂ ਮਿਲਿਆ। ਨਹੀਂ, ਸੂਟ ਜਿਹੜੇ ਹੈਗੇ ਨੇ ਇਹਨਾਂ ਦਾ, ਇਹ ਬੀਜੇਪੀ ਵਾਲੇ ਦੇਖੋ ਹਮੇਸ਼ਾ ਜਾਂ ਕਾਂਗਰਸ ਵਾਲੇ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਨੇ, ਆਮ ਆਦਮੀ ਪਾਰਟੀ ਕੰਮ 'ਚ ਵਿਸ਼ਵਾਸ ਕਰਦੀ ਹੈ, ਉਹਨਾਂ ਨੂੰ ਕੰਮ ਚਾਹੀਦੇ ਨੇ, ਠੀਕ ਨਹੀਂ? ਬਾਕੀ ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਦੇ ਉਮੀਦਵਾਰ, ਬਿਲਕੁਲ, ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਇੱਧਰ ਪਹੁੰਚੇ ਨੇ ਔਰ ਇੱਧਰ ਵੋਟ ਕਰਨਗੇ। ਔਰ ਤਸਵੀਰਾਂ ਇੱਧਰ ਵੀ ਦਿਖਾ ਦਿੰਦੇ ਹਾਂ ਸਕੂਲ ਦੀਆਂ, ਸਵੇਰ ਤੋਂ ਹੀ ਤਮਾਮ ਲੋਕ ਜਿਹੜੇ ਨੇ ਇੱਧਰ ਆਉਣਾ ਸ਼ੁਰੂ ਕਰਤਾ ਨੇ। ਪਰ ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਕਿ ਲੋਕ ਬਦਮਾਸ਼ੀ ਤੋਂ, ਲੋ ਐਂਡ ਆਰਡਰ ਤੋਂ ਜਿਹੜੀਆਂ ਵਾਰਦਾਤਾਂ ਇੱਧਰ ਹੋ ਰਹੀਆਂ ਉਹਨਾਂ ਤੋਂ ਕਾਫੀ ਪਰੇਸ਼ਾਨ ਨੇ ਔਰ ਕਾਫੀ ਲੋਕ ਜਿਹੜੇ ਨੇ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਲੇਡੀਜ਼ ਵੀ ਸਾਫ਼ ਤੌਰ 'ਤੇ ਕਹਿੰਦੀਆਂ ਨੇ ਕਿ ਸਾਨੂੰ ਕਾਫੀ ਔਖਾ ਹੋਇਆ ਪਿਆ ਇੱਧਰ, ਸਵੇਰੇ ਵੀ ਵਾਰਦਾਤ ਹੋ ਜਾਂਦੀ ਹੈ, ਸ਼ਾਮ ਨੂੰ ਵੀ ਵਾਰਦਾਤ ਹੋ ਜਾਂਦੀ ਹੈ ਅਤੇ ਕਾਫੀ ਮੁਸ਼ਕਿਲ ਹੋ ਰਹੀ ਹੈ। ਇਸ ਕਰਕੇ ਇਹੀ ਗੱਲਾਂ ਇਹਨਾਂ ਨੇ ਕਹੀਆਂ ਅਤੇ ਵੋਟ ਪਾਉਣ ਲਈ ਆਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਤਮਾਮ ਗੱਲਬਾਤ ਕੀਤੀ ਹੈ। ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਿਲਕੁਲ, ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਵੈਸਟ ਦੀਆਂ, ਆਮ ਆਦਮੀ ਪਾਰਟੀ ਤੋਂ ਜਿਹੜੇ ਕੈਂਡੀਡੇਟ ਨੇ ਗੱਲਬਾਤ ਕਰ ਲੈਂਦੇ ਹਾਂ, ਕਿੰਨੀ ਐਕਸਾਈਟਮੈਂਟ ਹੈਗੀ ਹੈ ਤੁਹਾਨੂੰ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ? ਅੱਜ ਲੋਕਤੰਤਰ ਦਾ ਪਰਵ ਹੈ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲੇ ਕਿ ਸਾਰੇ ਜਲੰਧਰ ਵੈਸਟ ਦੇ ਵੋਟਰ ਵੋਟ ਪਾਉਣ ਜ਼ਰੂਰ ਜਾਣ, ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਬਹੁਤ ਵੱਡਾ ਇੱਕ ਜੋ ਅਧਿਕਾਰ ਦਿੱਤਾ ਹੈ ਵੋਟ ਦਾ, ਸਾਨੂੰ ਉਸਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਔਰ ਮੈਂ ਦੇਖ ਰਿਹਾ ਹਾਂ ਅੱਜ ਜਲੰਧਰ ਵੈਸਟ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜਨਤਾ ਦੇ ਵਿੱਚ, ਵੋਟਰ 'ਚ ਵਿੱਚ, ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜੋ ਉਹਨਾਂ ਦੀ ਬਹੁਤ ਫੈਨ ਹੈ, ਜਨਤਾ ਜੋ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ, ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ ਔਰ ਅੱਜ ਜੋ ਵੋਟ ਪੈਣ ਜਾ ਰਹੇ ਹਨ, ਔਰ ਮੈਂ ਸਭ ਨੂੰ ਕਹਾਂਗਾ ਕਿ ਵੋਟ ਜ਼ਰੂਰ ਪਾਏ ਜਾਣ, ਉਹਦੇ ਨਾਲ ਨਾਲ
ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ। ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ, MLA ਹੋਏਗਾ, ਤਾਂ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ 'ਤੇ ਹੋਣਗੇ। ਇਸ ਕਰਕੇ ਔਰ ਲੋਕ ਵੀ, ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਅਸੀਂ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤਾਂ ਸਾਡੇ ਕੰਮ ਕਰਾਉਣ 'ਚ ਆਸਾਨੀ ਹੋਏਗੀ ਔਰ ਬਹੁਤ ਜ਼ਿਆਦਾ ਕੰਮ ਹੋਣਗੇ, ਕੋਈ ਰੁਕਾਵਟ ਨਹੀਂ ਆਏਗੀ। ਚਾਹੇ ਹੋਰ ਸਰਕਾਰੀ ਕੰਮ, ਚਾਹੇ ਕੋਈ ਰਾਸ਼ਨ ਕਾਰਡ ਹੈ, ਪੈਨਸ਼ਨ ਹੈ, ਕੋਈ ਭਲਾਈ ਦੀਆਂ ਸਕੀਮਾਂ ਹਨ, ਸਾਰੀਆਂ ਉਹਨਾਂ ਨੂੰ ਕਰਾਉਣ 'ਚ ਆਸਾਨੀ ਹੋਏਗੀ। ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੰਦਰ ਬੈਸ ਜਨਤਾ ਦਾ, ਜਿਨ੍ਹਾਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ। ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ। ਤੁਹਾਨੂੰ ਲੱਗਦਾ ਕਿ ਦੁਬਾਰਾ ਪਾਰਟੀ ਦਾ ਭਰੋਸਾ ਲੋਕਾਂ ਵੱਲੋਂ ਜਿਤਾਇਆ ਜਾਊਗਾ, ਕਿਉਂਕਿ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦਾ ਜਿਤਾਇਆ ਗਿਆ, ਲੇਕਿਨ ਜੋ ਵਿਧਾਇਕ ਸੀਗੇ ਉਹਨਾਂ ਵੱਲੋਂ ਪਾਰਟੀ ਬਦਲ ਲਈ ਗਈ? ਦੇਖੋ, ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜਲੰਧਰ ਵੈਸਟ ਦੀ ਜਨਤਾ ਜੋ ਹੈ, ਜਲੰਧਰ ਵੈਸਟ ਦੀ ਜਨਤਾ ਬਹੁਤ ਉਤਸ਼ਾਹ ਦੇ ਨਾਲ ਅੱਜ ਦਾ ਦਿਨ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ, ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ, ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਇਸ ਕਰਕੇ ਉਹਨੇ ਅਸਤੀਫਾ ਦੇ ਦਿੱਤਾ। ਸੋ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ। ਸੋ ਹੋਰ ਜੋ ਮੈਨੂੰ ਜੋ ਜਾਪਦਾ ਹੈ, ਜੋ ਭਾਈ ਸਾਹਿਬ ਕਿ ਨਜ਼ਰ ਆ ਰਿਹਾ ਹੈ ਕਿ ਜੋ ਦੋਨੇ ਪਾਰਟੀਆਂ, ਚਾਹੇ ਕਾਂਗਰਸ ਹੈ ਚਾਹੇ BJP ਹੈ, ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਹਾਸਲ ਕਰਨ ਜਾ ਰਹੀ ਹੈ। ਦੇਖੋ, ਇਹ ਜੋ ਪੈਰੋਗੇਟਿਵ ਹੈਗਾ ਮੁੱਖ ਮੰਤਰੀ ਦਾ ਹੈ, ਉਹਨਾਂ ਦੇ ਹੱਥ ਵਿੱਚ ਹੈਗਾ ਕਿਹਨਾਂ ਨੂੰ ਮਿਨਿਸਟਰ ਬਣਾਉਣਾ ਉਹਨਾਂ ਨੇ। ਮੇਰਾ ਕੰਮ ਹੈ ਐਜ਼ ਏ ਵਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ 'ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ। ਦੇਖੋ, ਜਿਹੜਾ ਹੈਗਾ ਨਾ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ 'ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤਾਂ ਹੈਗਾ, ਠੀਕ ਹੈ, ਪਰ ਇਹ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡੀਬਿਲਟੀ ਹੈ। ਐਵਰੀਬਾਡੀ ਹੈਵ ਏ ਓਨ ਪਰਸਨੈਲਿਟੀ ਐਂਡ ਕ੍ਰੈਡੀਬਿਲਟੀ, ਉਹ ਬਹੁਤ ਅਹਿਮ ਰੱਖਦੀ ਹੈ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕ, ਜਨਤਾ ਜਿਹੜੀ ਹੈਗੀ ਹੈ, ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ, ਉਹਦੇ ਨਾਲ ਸਾਡੇ ਬਿਹੇਵੀਅਰ ਨੂੰ, ਅਸੀਂ ਉਹਦੇ ਨਾਲ ਕੈਸਾ ਵਿਚਰੇ ਹਾਂ, ਉਹਨੂੰ ਵੇਖਦੇ ਹੋਏ ਲੋਕ ਜਿਹੜੇ ਨੇ ਬਹੁਤ ਭਾਰੀ ਉਤਸ਼ਾਹ ਨਾਲ ਵੋਟਾਂ ਸਾਨੂੰ ਪਾ ਰਹੇ ਨੇ। ਸੋ ਦੇਖੋ, ਜਿਹੜਾ ਹੈਗਾ ਜਲੰਧਰ ਵੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਹੀ ਵੈਸੇ ਸੀਵਰੇਜ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਹੈ। ਇਸ ਕਰਕੇ ਹੁਣ ਜਨਤਾ ਚਾਹੁੰਦੀ ਹੈ ਕਿ ਐਸਾ ਵਿਧਾਇਕ ਚੁਣੀਏ, MLA ਚੁਣੀਏ ਜਿਹੜਾ ਸਾਡੇ ਕੰਮ ਕਰਾ ਸਕੇ। ਸੋ ਮੈਂ ਜਨਤਾ ਨੂੰ ਭਰੋਸਾ ਦਵਾਉਂਦਾ ਹਾਂ ਕਿ ਮੈਂ ਪਹਿਲ ਦੇ ਆਧਾਰ 'ਤੇ ਜੋ ਲੋਕਾਂ ਦੀਆਂ, ਜਨਤਾ ਦੀਆਂ ਮੁੱਢਲੀਆਂ ਲੋੜਾਂ ਹੈਗੀਆਂ ਉਹ ਪਹਿਲ ਦੇ ਆਧਾਰ 'ਤੇ ਪੂਰੀਆਂ ਕਰਾਂਗਾ ਔਰ ਇਲਾਕੇ ਦੇ ਵਿੱਚ ਜੋ ਹੈ ਅੱਛਾਈ ਹੋਵੇ, ਅੱਛਾ ਮਾਹੌਲ ਹੋਵੇ, ਭਾਈਚਾਰਾ ਹੋਵੇ, ਇੱਥੇ ਕੋਈ ਗੁੰਡਾਗਰਦੀ ਨਾ ਹੋਵੇ। ਜੋ ਇਸ ਸਮੇਂ ਮੁੱਖ ਮੁੱਦਾ ਹੈ ਉਹ ਹੈ ਇਸ ਇਲਾਕੇ ਦੇ ਵਿੱਚ ਬਦਮਾਸ਼ੀ ਔਰ ਨਸ਼ਾ। ਸੋ ਉਹਨੂੰ ਪਹਿਲ ਦੇ ਆਧਾਰ 'ਤੇ ਖਤਮ ਕੀਤਾ ਜਾਏਗਾ। ਪਰਮਾਤਮਾ ਸਾਨੂੰ ਸਭ ਨੂੰ ਤੰਦਰੁਸਤੀ ਦੇਵੇ, ਲੰਬੀ ਉਮਰ ਦੇਵੇ। ਸੋ ਮੈਂ ਪਹਿਲ ਦੇ ਆਧਾਰ 'ਤੇ ਇਸ ਇਲਾਕੇ ਦੇ ਵਿੱਚੋਂ ਬੁਰਾਈ ਖਤਮ ਕਰਾਂਗੇ, ਬਦਮਾਸ਼ੀ ਖਤਮ ਕਰਾਂਗੇ, ਗੁੰਡਾ ਰਾਜ ਖਤਮ ਕਰਾਂਗੇ ਔਰ ਨਸ਼ਾ ਖਤਮ ਕਰਾਂਗੇ। ਸ਼ੀਤਲ ਜੀ, ਬਹੁਤ ਜੋ ਕਿ ਹੈ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਤੁਹਾਡੇ 'ਤੇ ਕਿ ਇਲੈਕਸ਼ਨ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਹੈ ਵੋਟਰਸ ਨੂੰ ਭਰਮਾਉਣ ਲਈ ਜੋ ਕਿ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਤਾਂ ਨਜ਼ਰ ਆਉਂਦਾ ਹੈਗਾ ਔਰ ਮੈਨੂੰ ਪਤਾ ਵੀ ਲੱਗਾ ਹੈਗਾ ਕਿ ਇਹਨਾਂ ਲੋਕਾਂ ਨੇ ਆਪਣੀ ਹਾਰ ਨੂੰ ਦੇਖਦੇ ਹੋਏ, ਹਾਰ
ਸਾਹਮਣੇ ਨਜ਼ਰ ਆਉਂਦੀ ਪਈ ਸੀ। ਇਹਨਾਂ ਖੁਦ ਹੀ ਡਰਾਮਾ ਕਰਕੇ ਆਪਣੇ ਸਮਾਨ ਦਾ ਦਿਖਾਵਾ ਕਰਕੇ ਅਤੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਨਾ ਸਮਾਨ ਮੰਡਦੀ ਹੈ ਨਾ 'ਚ ਭਰੋਸਾ ਕਰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕੰਮ 'ਚ ਵਿਸ਼ਵਾਸ ਕਰਦੀ ਹੈ। ਇਹਨਾਂ ਨੇ ਆਪਣੀ ਹਾਰ ਨੂੰ ਦੇਖਦੇ ਹੋਏ ਕੇਵਲ ਤਾਂ ਕੇਵਲ ਜੋ ਹੈ, ਮੈਨੂੰ ਬੜਾ ਦੁੱਖ ਹੋਇਆ ਕਿ ਇੱਕ ਚੰਨੀ ਲੋਕ ਸਭਾ ਦਾ ਮੈਂਬਰ ਹੁੰਦਿਆਂ ਇਲੈਕਸ਼ਨ 'ਚ ਲੋਕਾਂ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਅਤੇ ਉਹ ਸੂਟ ਫੜ ਫੜ ਕੇ ਦਿਖਾਉਣ ਡਿਆ ਹੈਗਾ। ਇਹਦਾ ਮਤਲਬ ਇਹਨਾਂ ਦਾ ਕੰਮ ਹੋ ਗਿਆ। ਜਿਹੜਾ ਬੰਦਾ ਲੋਕ ਸਭਾ ਮੈਂਬਰ ਹੋਵੇ, ਇੰਚਾਰਜ ਹੋਏ, ਹੁਣ ਦੇਖੋ ਮੈਂ ਵੀ ਇੱਕ ਕੈਂਡੀਡੇਟ ਹੈਗਾ, ਮੇਰੇ ਕੋਲ ਤਾਂ ਕੋਈ ਟਾਈਮ ਨਹੀਂ ਹੈਗਾ ਕਿ ਮੈਂ ਕਿਸੇ ਦੀ ਸ਼ਰਾਬ ਪਕੜੀ ਹੋਏ ਜਾਂ ਕਿਹਾ ਹੋਏ, ਇਹ ਸਭ ਡਰਾਮਾ ਹੈਗਾ। ਨਾਰਾਜ਼ ਹੋਏ, ਕਹਿੰਦੇ ਕਿ ਬੀਬੀਆਂ ਨੂੰ ਤਾਂ ਸੂਟ ਦੇ ਦਿੱਤੇ, ਬੰਦਿਆਂ ਨੂੰ ਕੋਈ ਨਹੀਂ ਮਿਲਿਆ। ਨਹੀਂ, ਸੂਟ ਜਿਹੜੇ ਹੈਗੇ ਨੇ ਇਹਨਾਂ ਦਾ, ਇਹ ਬੀਜੇਪੀ ਵਾਲੇ ਦੇਖੋ ਹਮੇਸ਼ਾ ਜਾਂ ਕਾਂਗਰਸ ਵਾਲੇ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਨੇ। ਆਮ ਆਦਮੀ ਪਾਰਟੀ ਕੰਮ 'ਚ ਵਿਸ਼ਵਾਸ ਕਰਦੀ ਹੈ, ਉਹਨਾਂ ਨੂੰ ਕੰਮ